ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤਨਿੱਗੀ ਸਤਿ ਸ੍ਰੀ ਅਕਾਲ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਦਲਬੀਰ ਸਿੰਘ ਗੋਲਦੀ ਹੋਰਾਂ ਦੀ। ਆਮ ਆਦਮੀ ਪਾਰਟੀ ਦੇ ਵਿੱਚ ਆਖਰ ਉਹ ਸ਼ਾਮਲ ਹੋ ਗਏ ਨੇ ਜੀ। ਬਿਲਕੁਲ ਜੀ ਬਿਲਕੁਲ, ਦਲਵੀਰ ਸਿੰਘ ਗੋਲਡੀ ਜਿਹੜੇ ਕਿ ਧੂਰੀ ਤੋਂ ਸਾਬਕਾ ਵਿਧਾਇਕ ਆ ਕਾਂਗਰਸ ਦੇ, ਜਿਹੜੇ ਕਿ 17 'ਚ ਜਿੱਤੇ ਸੀ ਤੇ 22 'ਚ ਹਾਰੇ ਸੀ, ਤੇ ਜਿਨ੍ਹਾਂ ਨੂੰ ਐਤਕੀ ਟਿਕਟ ਦੀ ਆਸ ਸੀ ਲੋਕ ਸਭਾ ਦੀ ਤੇ ਪਰ ਉਹਨਾਂ ਨੂੰ ਨਹੀਂ ਮਿਲੀ, ਤੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲ ਗਈ ਜਿਹਦੇ ਕਰਕੇ ਉਹ ਨਿਰਾਸ਼ ਸੀ। ਉਹਨਾਂ ਨੇ ਨਿਰਾਸ਼ਾ ਦੇ ਵਿੱਚ ਇੱਕ ਦਿਨ ਆਪਾਂ ਜਾਣਦੇ ਹਾਂ ਵੀ ਵੀਡੀਓ ਵੀ ਬਣਾਈ ਸੀ ਸੋਸ਼ਲ ਮੀਡੀਆ ਤੇ ਪਾਈ ਸੀ, ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰ ਉਹਨਾਂ ਦੇ ਘਰ ਦੇ ਵਿੱਚ ਗਏ ਸੀ, ਉਹਨਾਂ ਨੂੰ ਮਨਾ ਕੇ ਵੀ ਆਏ ਸੀ, ਤੇ ਗੋਲਡੀ ਨੇ ਵੀ ਮੀਡੀਆ ਦੇ ਮੂਹਰੇ ਖੜ ਕੇ ਲੋਕਾਂ ਦੇ ਮੂਹਰੇ ਖੜ ਕੇ ਇਹ ਗੱਲ ਕਹੀ ਸੀ ਕਿ ਮੈਂ ਪਾਰਟੀ ਨੂੰ ਛੱਡਣ ਵਾਲਿਆਂ ਦੇ ਵਿੱਚੋਂ ਨਹੀਂ ਆ। ਉਹਨੇ ਇਹ ਗੱਲ ਕਹੀ ਸੀ ਕਿ ਦੇਖੋ ਅੱਜ ਦੇ ਦੌਰ ਦੇ ਵਿੱਚ ਨੇਤਾ ਪਾਰਟੀ ਬਦਲੀ ਜਾਂਦੇ ਆ, ਪਰ ਮੈਂ ਨਹੀਂ ਇੱਦਾਂ ਦਾ ਕਰੂੰਗਾ, ਕਿ ਉਦਾਹਰਨਾਂ ਹੋਣੀਆਂ ਚਾਹੀਦੀਆਂ ਵੀ ਲੋਕਾਂ ਨੂੰ ਇਹ ਵੀ ਨਾ ਲੱਗੇ ਵੀ ਸਾਰੇ ਨੇਤਾ ਇੱਕੋ ਜਿਹੇ ਹੁੰਦੇ ਆ, ਅਸੀਂ ਪਾਰਟੀ ਦੇ ਲਈ ਜਾਨ ਨਾਲ ਕੰਮ ਕਰਾਂਗੇ। ਤੇ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਦੇਖਿਓ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਜਿਤਾ ਕੇ ਤੇ ਅਸੀਂ ਭੇਜਾਂਗੇ ਜੀ ਲੋਕ ਸਭਾ ਦੇ ਵਿੱਚ, ਤੇ ਸੁਖਪਾਲ ਸਿੰਘ ਖਹਿਰਾ ਸਾਡੇ ਸੀਨੀਅਰ ਨੇਤਾ ਹੈਗੇ ਆ, ਤੇ ਜੋ ਮੈਂ ਕਿਹਾ ਸੀਗਾ ਜੀ ਮੇਰੇ ਮਨ ਦੇ ਵਲਵਲੇ ਸੀ। ਉਸ ਦਿਨ ਉਹਨਾਂ ਨੇ ਪੂਰੀ ਜਚਾ ਕੇ ਗੱਲ ਕਹੀ ਸੀ ਵੀ ਭਾਈ ਜੋ ਸੀ ਬਸ ਮੇਰੇ ਕੋਲ ਆਏ ਤਾਂ ਮੈਨੂੰ ਬੜਾ ਇੱਥੇ ਮਾਣ ਸਤਿਕਾਰ ਦਿੱਤਾ ਸਭ ਨੇ, ਪਰ ਫਿਰ ਉਹ ਅਚਾਨਕ ਕਾਂਗਰਸ ਤੋਂ ਅਸਤੀਫਾ ਦੇ ਜਾਂਦੇ ਆ, ਫਿਰ ਉਹ ਅਚਾਨਕ ਆਮ ਆਦਮੀ ਪਾਰਟੀ ਚਲੇ ਜਾਂਦੇ ਆ। ਜਦਕਿ ਜਦੋਂ ਉਹਨਾਂ ਨੇ ਪਰਸੋਂ ਅਸਤੀਫਾ ਦਿੱਤਾ ਸੀ ਕਾਂਗਰਸ ਤੋਂ ਤੇ ਲੱਗਦਾ ਸੀ ਜੀ ਕਿ ਉਹ ਬੀਜੇਪੀ ਦੇ ਵਿੱਚ ਜਾਣਗੇ, ਕਿਉਂਕਿ ਬੀਜੇਪੀ ਨੇ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦੇ ਦੇਣੀ ਆ, ਉਹਨਾਂ ਨੇ ਉੱਥੇ ਆਪਦਾ ਬੰਦਾ ਐਲਾਨਿਆ ਨਹੀਂ ਹਾਲੇ ਤੱਕ ਉਮੀਦਵਾਰ, ਤੇ ਲੱਗਦਾ ਇਉਂ ਸੀ, ਪਰ ਉਹ ਚਲੇ ਗਏ ਆ ਭਗਵੰਤ ਮਾਨ ਨੂੰ ਜੱਫੀ ਪਾ ਕੇ ਆਮ ਆਦਮੀ ਪਾਰਟੀ ਦੇ ਵਿੱਚ। ਤੇ ਇਹਦੇ ਉੱਤੇ ਹੁਣ ਹੈਰਾਨੀ ਹੋਈ ਆ ਬੜੇ ਲੋਕਾਂ ਨੂੰ ਵੀ ਆਹ ਕੀ ਗੱਲ ਬਣ ਗਈ ਆ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਦਲਵੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਪਿਆਰੀ ਲੱਗਣ ਲੱਗੀ ਆ, ਜੱਫੀ ਵੀ ਮੁੱਖ ਮੰਤਰੀ ਸਾਹਿਬ ਨੂੰ ਪਾਈ ਆ ਜਿਨ੍ਹਾਂ ਨੇ ਕਿ ਧੂਰੀ ਤੋਂ ਉਹਨਾਂ ਨੂੰ ਹਰਾਇਆ 2022 ਦੇ ਵਿੱਚ, ਜਿਨ੍ਹਾਂ ਦੇ ਕਿ ਬਾਰੇ ਉਹ ਕਹਿੰਦੇ ਰਹੇ ਜੀ ਕਿ ਇਹਨਾਂ ਨੇ ਕੀਤਾ ਕੁਝ ਨਹੀਂ ਗਾ ਆਮ ਆਦਮੀ ਪਾਰਟੀ ਨੇ, ਤੇ ਹੁਣ ਉਹਨਾਂ ਨੇ ਕੁਝ ਕਰਤਾ ਮਤਲਬ। ਸੋ ਇਹ ਗੱਲਾਂ ਜਿਹੜੀਆਂ ਉਹ ਬੜੀਆਂ ਚਰਚਾ ਦੇ ਵਿੱਚ ਲੱਗੇ ਕੱਲ੍ਹ ਤੋਂ ਹੈਗੀਆਂ, ਹਾਲਾਂਕਿ ਸਿਆਸੀ ਲੋਕਾਂ ਦੇ ਵੱਲੋਂ ਪਾਰਟੀਆਂ ਬਦਲਣਾ ਕੋਈ ਨਵੀਂ ਗੱਲ ਨਹੀਂ। ਖਹਿਰਾ ਸਾਹਿਬ ਨੇ ਜ਼ਿੰਦਗੀ ਦੇ ਵਿੱਚ 2-3 ਵਾਰ ਆਪ ਪਾਰਟੀ ਬਦਲੀ ਆ, ਤੇ ਹੁਣ ਦਲਵੀਰ ਗੋਲਡੀ ਨੇ ਦੂਜੀ ਵਾਰ ਪਾਰਟੀ ਬਦਲੀ ਆ, ਇਸ ਤੋਂ ਪਹਿਲਾਂ ਆਪ ਦੇ ਵਿੱਚ ਤੇ ਆਪ ਹੁਣ ਆਪ ਦੇ ਵਿੱਚ ਤੇ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸੀ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਮਿਲੂਗਾ ਕੀ ਦਲਵੀਰ ਗੋਲਡੀ ਨੂੰ। ਲੱਗਦਾ ਇਹ ਆ ਵੀ ਭਗਵੰਤ ਮਾਨ ਹੋਰਾਂ ਨੇ ਇਹ ਆਖਿਆ ਵੀ ਭਾਈ ਤੁਸੀਂ ਜ਼ੋਰ ਲਾ ਕੇ ਮੀਤ ਹੇਅਰ ਨੂੰ ਜਿਤਾਓ। ਮੀਤ ਹੇਅਰ ਜਦੋਂ ਲੋਕ ਸਭਾ ਦੇ ਵਿੱਚ ਚਲਾ ਗਿਆ ਤੇ ਸੀਟ ਮੀਤ ਹੇਅਰ ਦੀ ਵਿਧਾਨ ਸਭਾ ਵਾਲੀ ਖਾਲੀ ਹੋ ਜਾਣੀ ਆ, ਤੇ ਉਸ ਥਾਂ ਤੇ ਟਿਕਟ ਤੈਨੂੰ ਦੇਵਾਂਗੇ ਤੇ ਤੈਨੂੰ ਜਿਤਾਵਾਂਗੇ। ਫਿਰ ਮੈਨੂੰ ਲੱਗਦਾ ਜੀ ਉੱਥੇ ਆਹ ਗੱਲਬਾਤ ਹੋਈ ਆ, ਪਰ ਹੁਣ ਆਉਂਦਾ ਸਮਾਂ ਦੱਸੂਗਾ ਜੀ ਕਿ ਦਲਵੀਰ ਗੋਲਡੀ ਦੀ ਕਿਸਮਤ ਦੇ ਵਿੱਚ ਜਿੱਤ ਲਿਖੀ ਆ ਕਿ ਨਹੀਂ ਲਿਖੀ, ਦਲਵੀਰ ਗੋਲਡੀ ਜਿੱਤਣ ਦੇ ਵਿੱਚ ਸਮਰੱਥ ਹੋਊਗਾ ਕਿ ਅਸਮਰੱਥ। ਪਰ ਰੌਲਾ ਇਸ ਵੇਲੇ ਇਸੇ ਗੱਲ ਦਾ ਵੀ ਪੰਜਾਬ ਦੇ ਨੇਤਾ ਜਿਹੜੇ ਉਹ ਐਟਕੀ ਪਾਰਟੀ ਬਦਲ ਦੀ ਇੰਨੀ ਕਾਹਲੀ ਕਿਉਂ ਕਰਦੇ ਆ, ਪੰਜਾਬ ਦੇ ਨੇਤਾ ਜਿਹੜੇ ਉਹ ਗੱਲ ਕਿਉਂ ਭੁੱਲ ਜਾਂਦੇ ਵੀ ਅਸੀਂ ਪਰਸੋਂ ਕੀ ਕਿਹਾ ਸੀ ਤੇ ਅੱਜ ਜੋ ਅਸੀਂ ਕਰ ਰਹੇ ਹਾਂ, ਤੇ ਉਹ ਜਦੋਂ ਗੱਲ ਪਰਸੋਂ ਵਾਲੀ ਲੋਕਾਂ ਦੇ ਚੇਤੇ ਹੋਊਗੀ ਤਾਂ ਫਿਰ ਲੋਕਾਂ ਦੇ ਮਨਾਂ ਉੱਤੇ ਸਾਡੇ ਬਾਰੇ ਪ੍ਰਭਾਵ ਕੀ ਜਾਊਗਾ। ਸੋ ਐਤਕੀ ਪੰਜਾਬ ਦੇ ਨੇਤਾ ਨੇ ਹੱਦ ਹੀ ਕਰਤੀ ਆ। ਹਾਲੇ ਤਾਂ ਮੈਨੂੰ ਇਹ ਲੱਗਦਾ ਵੀ ਕਈ ਹੋਰ ਨੇਤਾ ਐਸੇ ਵੱਡੇ ਵੱਡੇ ਆਉਣੇ ਆ ਜਿਹੜੇ ਕਿ ਇੱਕ ਤੋਂ ਦੂਜੀ ਪਾਰਟੀ ਵਿੱਚ ਛੜੱਪਾ ਮਾਰਨਗੇ। ਹਾਲੇ ਤਾਂ ਬਹੁਤ ਕੁਝ ਪੰਜਾਬ ਦੇ ਵਿੱਚ ਹੋਣਾ ਬਾਕੀ ਆ, ਪਰ ਦਲਵੀਰ ਗੋਲਡੀ ਹੋਰਾਂ ਨੂੰ ਭਾਈ ਹੁਣ ਆਮ ਆਦਮੀ ਪਾਰਟੀ ਠੀਕ ਲੱਗੀ ਆ
ਤੇ ਸੁਖਪਾਲ ਸਿੰਘ ਖਹਿਰੇ ਵਾਸਤੇ ਚੁਣੌਤੀ ਵਧੀ ਹੈ। ਖਹਿਰੇ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਗੋਲਡੀ ਵਰਗੇ ਬੰਦੇ ਜਿਹੜੇ ਦੋਗਲੇ, ਉਹ ਕਦੇ ਕਿਹੜੇ ਪਾਸੇ ਦੀ ਗੱਲ ਕਰਦੇ, ਕਦੇ ਕਿਹੜੇ ਪਾਸੇ ਦੀ ਗੱਲ ਕਰਦੇ ਆ। ਸਾਰੀ ਲੀਡਰਸ਼ਿਪ ਨੂੰ ਆਪਦੇ ਘਰ ਦੇ ਵਿੱਚ ਬੁਲਾ ਕੇ ਤੇ ਸਾਰਿਆਂ ਦੇ ਸਾਹਮਣੇ ਵਾਅਦੇ ਕਿਹੜੇ ਕੀਤੇ, ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਇੱਕ ਦਿਨ ਆਪਦੇ ਘਰ ਦੇ ਵਿੱਚ ਬੁਲਾ ਕੇ 4-5 ਦਿਨ ਪਹਿਲਾਂ ਤੇ ਖਾਣਾ ਵੀ ਖਵਾਇਆ ਤੇ ਕਈ ਸਰਪੰਚਾਂ ਤੇ ਕੌਂਸਲਰਾਂ ਦੇ ਨਾਲ ਵੀ ਮਿਲਾਇਆ। ਇਹ ਗੱਲ ਕਹੀ ਜੀ ਕਿ ਇਹ ਸਾਰੇ ਤੁਹਾਡੇ ਨਾਲ ਤੁਰਨਗੇ, ਤੇ ਪਰ ਹੁਣ ਅਚਾਨਕ ਇਹਨੂੰ ਕੀ ਹੋ ਗਿਆ। ਤੇ ਨਾਲ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਜਦੋਂ ਇਹ MLA ਸੀ ਤੇ ਉਸ ਵੇਲੇ ਕੁਝ ਕੁ ਓਪਨ ਜਿੰਮਾਂ ਦਾ ਖਰਚਾ ਵੱਧ ਘੱਟ ਪਾਇਆ ਸੀ, ਉਸ ਵੇਲੇ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਇਹਨਾਂ ਨੇ ਆਪਦੀ ਫੈਕਟਰੀ ਦੇ ਵਿੱਚ ਬਣਾਈਆਂ ਉਹ ਪਿੰਡਾਂ ਦੇ ਵਿੱਚ ਮਜਬੂਰ ਕਰਕੇ ਆਪਣੀ ਹੀ ਫੈਕਟਰੀ ਵਲਗਾ ਲਵਾਈਆਂ। ਸ਼ਾਇਦ ਕੋਈ ਇਹਨਾਂ ਮਾਮਲਿਆਂ ਦੀ ਇਨਕੁਆਇਰੀ ਦਾ ਡਰ ਹੋਵੇ, ਜਿਹਦੇ ਕਰਕੇ ਗੋਲਡੀ ਉਸ ਤਰੀਕੇ ਦੇ ਨਾਲ ਹੀ ਚਲਾ ਗਿਆ ਆਪ ਦੇ ਵਿੱਚ, ਜਿਵੇਂ ਕਿ ਰਾਜਕੁਮਾਰ ਚੱਬੇਵਾਲ ਡਰਦੇ ਮਾਰੇ ਗਿਆ। ਸੋ ਹੁਣ ਇਸ ਤਰੀਕੇ ਦੇ ਨਾਲ ਸ਼ਬਦਕ ਜੰਗ ਚੱਲ ਪਈ ਹੈ ਜੀ। ਜੀ ਬਿਲਕੁਲ, ਤੇ ਟਾਣਾ ਸਾਹਿਬ ਹੁਣ ਸੰਗਰੂਰ ਦੇ ਬਾਰੇ ਚ ਇਹ ਚਰਚਾ ਚੱਲ ਪਈ ਹੈ ਕਿ ਬੀਜੇਪੀ ਨੇ ਉੱਥੋਂ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ, ਤੇ ਹੋ ਸਕਦਾ ਹੈ ਕਿ ਅਰਵਿੰਦ ਖੰਨਾ ਹੋਰਾਂ ਨੂੰ ਟਿਕਟ ਦੇ ਦੇਣ ਉੱਥੋਂ। ਬਿਲਕੁਲ ਜੀ ਬਿਲਕੁਲ, ਅਸਲ ਦੇ ਵਿੱਚ ਹੁਣ ਅਰਵਿੰਦ ਖੰਨਾ ਦਾ ਰਾਹ ਬਿਲਕੁਲ ਸਾਫ਼ ਹੋ ਗਿਆ। ਪਹਿਲਾਂ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ, ਸਗੋਂ ਇਹ ਤਾਂ ਦਲਬੀਰ ਗੋਲਡੀ ਜਾਣਗੇ ਬੀਜੇਪੀ ਦੇ ਵਿੱਚ ਟਿਕਟ ਦੀ ਖਾਤਰ। ਪਰ ਹੁਣ ਜਦੋਂ ਐਨ ਮੌਕੇ ਦੇ ਉੱਤੇ ਦਲਬੀਰ ਗੋਲਡੀ ਆਮ ਆਦਮੀ ਪਾਰਟੀ ਚਲੇ ਗਏ ਤੇ ਬੀਜੇਪੀ ਦੀ ਟਿਕਟ ਵਾਸਤੇ ਰਾਹ ਪੱਧਰਾ ਹੋ ਗਿਆ ਜੀ ਅਰਵਿੰਦ ਖੰਨੇ ਦੇ ਲਈ। ਅਰਵਿੰਦ ਖੰਨਾ ਬਹੁਤ ਅਮੀਰ ਬੰਦਾ, ਅਰਵਿੰਦ ਖੰਨਾ ਬਹੁਤ ਹੀ ਸਰਮਾਏਦਾਰ ਬੰਦਾ, ਅਰਵਿੰਦ ਖੰਨਾ ਬਹੁਤ ਵੱਡਾ ਬਿਜ਼ਨਸਮੈਨ ਆ, ਤੇ ਅਰਵਿੰਦ ਖੰਨਾ ਰਸੂਖਦਾਰ ਵੀ ਆ, ਤੇ ਇਸ ਤੋਂ ਪਹਿਲਾਂ ਵੀ ਸੰਗਰੂਰ ਖੇਤਰ ਤੋਂ ਉਹਨੇ ਕਈ ਵਾਰੀ ਚੋਣਾਂ ਲੜੀਆਂ। ਸੋ ਅਰਵਿੰਦ ਖੰਨਾ ਹੋਰੀ ਆ ਜਿਹੜੇ ਉਹ ਚੋਣ ਲੜਨਗੇ ਇੱਥੋਂ, 100 ਦੇ ਵਿੱਚੋਂ ਇਸ ਗੱਲ ਦੇ 90% ਤੋਂ ਅੱਧ ਦੇ ਚਰਚੇ ਆ। ਸੋ ਅਰਵਿੰਦ ਖੰਨਾ ਤੋਂ ਵੱਧ ਪ੍ਰਭਾਵਸ਼ਾਲੀ ਉੱਥੇ ਬੀਜੇਪੀ ਦੇ ਕੋਲੇ ਕੁਝ ਹੋਣਾ ਵੀ ਨਹੀਂ, ਉਹ ਜਿੱਤਣਗੇ ਹਾਰਨਗੇ ਇਹ ਬਾਅਦ ਦੀਆਂ ਗੱਲਾਂ, ਪਰ ਟੱਕਰ ਡੇਟ ਦੇ ਸਮਰੱਥ ਉੱਥੇ ਬੀਜੇਪੀ ਦੀ ਟਿਕਟ ਦੇ ਉੱਤੇ ਸਿਰਫ ਤੇ ਸਿਰਫ ਅਰਵਿੰਦ ਖੰਨਾ ਹੀ ਆ। ਜੀ ਜਣਾ ਸਾਹਿਬ, ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੋਂ ਨਾਰਾਜ਼ ਹੋ ਕੇ ਕਾਂਗਰਸ ਦੇ 2 ਸਾਬਕਾ ਵਿਧਾਇਕ ਕਹਿੰਦੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਜੀ, ਕੌਣ ਨੇ ਇਹ 2 ਸਾਬਕਾ ਵਿਧਾਇਕ? ਦੇਖੋ ਜੀ, ਗੱਲ ਇਹ ਆ ਕਿ ਜਿਹੜੇ ਇਹ 2 ਸਾਬਕਾ ਵਿਧਾਇਕ ਇਹਨਾਂ ਦਾ ਕੋਈ ਬਹੁਤਾ ਨਾਂ ਨੂੰ ਹੈ ਨੀਗਾ, ਪਰ ਗੱਲ ਇਹ ਆ ਇਹ ਦਿੱਲੀ ਦੇ 2 ਸਾਬਕਾ ਕਾਂਗਰਸੀ ਵਿਧਾਇਕ ਆ, ਤੇ ਦੋਵਾਂ ਨੇ ਇਸ ਕਰਕੇ ਛੱਡੀ ਹੈ ਜੀ ਪਾਰਟੀ, ਕਹਿੰਦੇ ਜੀ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਿਉਂ ਕੀਤਾ, ਇਹਦੇ ਨਾਲ ਤਾਂ ਸਿਧਾਂਤਾਂ ਦੇ ਉੱਤੇ ਸੱਟ ਵੱਜੀ ਆ। ਦੇਖੋ ਵਿਚਲੀ ਗੱਲ ਕੋਈ ਹੋਰ ਹੀ ਨਿਕਲਣੀ ਆ, ਕਿਉਂਕਿ ਇਹ ਗੱਠਜੋੜ ਕਿਹੜਾ 12 ਘੰਟੇ ਪਹਿਲਾਂ ਹੋਇਆ ਜਾਂ 4 ਘੰਟੇ ਪਹਿਲਾਂ ਹੋਇਆ ਜਾਂ 24 ਘੰਟੇ ਪਹਿਲਾਂ ਹੋਇਆ, ਇਹ ਗੱਠਜੋੜ ਤਾਂ ਕਈ ਮਹੀਨੇ ਪਹਿਲਾਂ ਹੋਇਆ ਤੇ ਉਸ ਤੋਂ ਕਈ ਮਹੀਨੇ ਪਹਿਲਾਂ ਇਸ ਗੱਠਜੋੜ ਦੀ ਚਰਚਾ ਚੱਲਦੀ ਰਹੀ ਆ। ਇੰਡੀਆ ਗੱਠਜੋੜ ਆ ਜਿਹੜਾ, ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ, ਕਾਂਗਰਸ ਵੀ ਆ, ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਵੀ ਆ, ਹੋਰ ਵੀ ਕਈ ਪਾਰਟੀਆਂ ਹੈਗੀਆਂ। ਸੋ ਹੁਣ ਜਦੋਂ ਇਹਨਾਂ ਵਿਧਾਇਕਾਂ ਨੂੰ ਇਹ ਲੱਗਾ ਕਿ ਭਾਈ ਇਹ ਤਾਂ ਗੱਠਜੋੜ ਹੋ ਗਿਆ, ਤਾਂ ਮੇਰਾ ਖਿਆਲ ਆ ਵੀ ਇਹਨਾਂ ਦੀ ਅੱਖ ਹੀ ਲੇਟ ਖੁੱਲੀ ਆ, ਇਹਨਾਂ ਦੀ ਨੀਂਦ ਹੀ ਛੇਤੀ ਨਹੀਂ ਖੁੱਲੀ, ਲੇਟ ਖੁੱਲੀ ਆ, ਜਿਹਦੇ ਕਰਕੇ ਇਹਨਾਂ ਨੂੰ ਹੁਣ ਅਸਤੀਫਾ ਦੇਣਾ ਚੇਤੇ ਆਇਆ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਤੋਂ ਪਹਿਲਾਂ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਲਵਲੀ ਨੇ ਵੀ ਅਸਤੀਫਾ ਦਿੱਤਾ, ਕਿਆ ਉਹਨੇ ਵੀ ਇਹੀ ਆ ਕਿ ਭਾਈ ਆਮ ਆਦਮੀ ਪਾਰਟੀ ਨਾਲ ਕਾਂਗਰਸ ਨੇ ਗੱਠਜੋੜ ਕਿਉਂ ਕੀਤਾ? ਸੋ ਮੈਨੂੰ ਲੱਗਦਾ ਵੀ ਜਦੋਂ ਚੋਣਾਂ ਦੇ ਮੌਕੇ ਨੇਤਾ ਇਸ ਤਰੀਕੇ ਦੇ ਨਾਲ ਪਾਰਟੀ ਛੱਡਦੇ ਹੁੰਦੇ ਆ ਤਾਂ ਅਗਲਾ ਘਰ ਉਹਨਾਂ ਨੇ ਪਹਿਲਾਂ ਹੀ ਲੱਭਿਆ ਹੁੰਦਾ। ਹੁਣ ਦੇਖਦੇ ਆ ਵੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਉੱਤੇ ਇਤਰਾਜ਼ ਆ ਤੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਤੇ ਉਹ ਕਿਹੜੇ ਘਰ ਦੇ ਵੱਲ ਜਾਂਦੇ ਆ। ਜੀ ਬਿਲਕੁਲ ਸਹੀ ਟਾਣਾ ਸਾਹਿਬ, ਅੱਗੇ ਵਧਦੇ ਆ, ਗੱਲ ਕਰਦੇ ਆ ਜੀ ਹੁਣ ਬੋਨੀ ਅਜਨਾਲਾ ਹੋਰਾਂ ਦੀ। ਕਹਿੰਦੇ ਉਹਨਾਂ ਨੇ ਕੋਈ ਬਿਆਨ ਦਿੱਤਾ ਜਿਹਦੇ ਉੱਪਰ ਬਹੁਤ ਜ਼ਿਆਦਾ ਵਿਵਾਦ ਛਿੜਿਆ ਹੋਇਆ ਜੀ, ਕੀ ਕਹਿਣਾ ਬੋਨੀ ਅਜਨਾਲਾ ਹੋਰਾਂ ਦਾ? ਦੇਖੋ ਬਹੁਤੀ ਵਾਰ ਨਾ ਬੰਦਾ ਚਤਰ ਬਣਦਾ ਚਲਾਕ ਬਣਦਾ ਮੂੰਹ ਦੇ ਵਿੱਚੋਂ ਜਿਹੜੇ ਬੋਲ ਕੱਢਦਾ ਉਹਦੇ ਕਰਕੇ ਉਹਨੂੰ ਹਰਜਾਨਾ ਭੁਗਤਣਾ ਪੈ ਜਾਂਦਾ। ਤੁਸੀਂ ਕਿਸੇ ਵੀ ਧਰਮ ਦੇ ਗਏ ਹੋਵੋ ਅਦਾਰੇ ਦੇ ਵਿੱਚ, ਤੁਸੀਂ ਕਿਸੇ ਵੀ ਸਭਾ ਦੇ ਵਿੱਚ ਗਏ ਹੋਵੋ, ਕਿਸੇ ਵੀ ਇਕੱਠ ਦੇ ਵਿੱਚ ਗਏ ਹੋਵੋ, ਤੁਸੀਂ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਕਰੋ,
ਤੁਸੀਂ ਕਿਸੇ ਨੂੰ ਵੱਡਾ, ਕਿਸੇ ਨੂੰ ਛੋਟਾ, ਕਿਸੇ ਨੂੰ ਚੰਗਾ, ਕਿਸੇ ਨੂੰ ਮੰਦਾ ਕਿਉਂ ਕਹਿੰਦੇ ਆ? ਹੁਣ ਇੱਥੇ ਪਤਾ ਲੱਗਾ ਜੀ ਕਿ ਈਸਾਈ ਭਾਈਚਾਰੇ ਦੀ ਇੱਕ ਪ੍ਰਾਰਥਨਾ ਸਭਾ ਦੇ ਵਿੱਚ ਗਏ ਬੋਨੀ ਅਜਨਾਲਾ, ਜਿਹੜੇ ਕਿ ਇਸ ਵੇਲੇ ਭਾਜਪਾ ਦੇ ਨੇਤਾ ਹੈਗੇ ਆ, ਤੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਬੀਜੇਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਆ, ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਏ ਆ ਈਸਾਈ ਭਾਈਚਾਰੇ ਦੀ ਸਭਾ ਦੇ ਵਿੱਚ। ਇੱਥੇ ਜਾ ਕੇ ਬੋਨੀ ਅਜਨਾਲਾ ਹੋਰੀ ਇਹ ਗੱਲ ਕਹਿ ਰਹੇ ਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਆ ਜਿਹੜਾ ਉਹ ਈਸਾਈ ਧਰਮ ਆ, ਤੇ ਸਭ ਤੋਂ ਛੋਟਾ ਧਰਮ ਆ ਜਿਹੜਾ ਉਹ ਸਿੱਖ ਧਰਮ ਆ। ਸਭ ਤੋਂ ਛੋਟਾ ਮਤਲਬ ਸਭ ਤੋਂ ਛੋਟਾ ਬੱਚਾ ਜਿਹੜਾ ਉਹ ਸਿੱਖ ਧਰਮ ਆ। ਉਹਨੇ ਕੁਝ ਕੁ ਗੱਲਾਂ ਹੋਰ ਵੀ ਕਹੀਆਂ ਉੱਥੇ, ਉੱਥੇ ਉਹ ਵੀਡੀਓ ਵਾਇਰਲ ਹੋ ਗਈ। ਜਦੋਂ ਵੀਡੀਓ ਵਾਇਰਲ ਹੋ ਗਈ ਤੇ ਉਹਨੂੰ ਘੇਰਾ ਪੈ ਗਿਆ, ਤੇ ਹੁਣ ਉਹਨੇ ਮਾਫੀ ਮੰਗੀ ਆ। ਉਹਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹੀ ਆ ਕਿ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਜੇਕਰ ਕਿਸੇ ਦੀ ਭਾਵਨਾ ਤੇ ਸੱਟ ਵੱਜੀ ਆ ਤੇ ਮੈਂ ਭਾਈ ਮਾਫੀ ਮੰਗਦਾ। ਮੇਰਾ ਖਿਆਲ ਆ ਵੀ ਭਾਈ ਇਹ ਇਸ ਕਰਕੇ ਬੋਲਿਆ ਆ ਕਿਉਂਕਿ ਈਸਾਈ ਭਾਈਚਾਰੇ ਦੀਆਂ ਬਹੁਤੀਆਂ ਪ੍ਰਾਰਥਨਾ ਸਭਾਵਾਂ ਦੇ ਵਿੱਚ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਆ। ਉਹ ਕਿਸੇ ਮੈਨੇ ਮੇਰਾ ਖਿਆਲ ਆ ਵੀ ਚੋਰੀ ਦੇ ਨਾਲ ਮੋਬਾਈਲ ਦੇ ਉੱਤੇ ਬਣਾ ਲਈ ਆ, ਤੇ ਬੋਨੀ ਅਜਨਾਲੇ ਨੂੰ ਇਹ ਲੱਗਦਾ ਹੋਣਾ ਵੀ ਭਾਈ ਜਿਹੜੀ ਮੈਂ ਗੱਲ ਕਹਿਣੀ ਆ ਉਹ ਇੱਥੇ ਹੀ ਰਹਿ ਜਾਣੀ ਆ, ਬੰਦੇ ਖੁਸ਼ ਹੋ ਜਾਣਗੇ, ਤਾੜੀਆਂ ਮਾਰਨਗੇ, ਕਮਾਲ ਕਹਿਣਗੇ ਤੇ ਵੋਟਾਂ ਪੱਕੀਆਂ ਹੋ ਜਾਣਗੀਆਂ, ਤੇ ਇਹ ਕਿਹੜਾ ਗੱਲ ਬਾਹਰ ਨਿਕਲਣੀ ਆ? ਪਰ ਇਹ ਗੱਲ ਬਾਹਰ ਨਿਕਲ ਹੈਗੀ ਆ। ਸੋ ਨੇਤਾਵਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇਕਰ ਕੱਲ ਨੂੰ ਅਸੀਂ ਸਿੱਖ ਭਾਈਚਾਰੇ ਦੇ ਕਿਸੇ ਇਕੱਠ 'ਚ ਜਾਂਦੇ ਆ ਤਾਂ ਸਾਨੂੰ ਭਾਈ ਇਹ ਗੱਲ ਕਹਿਣ ਦੀ ਕੀ ਲੋੜ ਆ ਵੀ ਭਾਈ ਫਲਾਣੇ ਮਾੜੇ ਆ, ਇੱਥੇ ਹਿੰਦੂ ਭਾਈਚਾਰੇ ਵਾਲੇ ਛੋਟੇ ਜਾਂ ਵੱਡੇ ਆ? ਤੁਸੀਂ ਹਿੰਦੂਆਂ ਦੇ ਸਮਾਗਮ 'ਚ ਜਾ ਕੇ ਈਸਾਈਆਂ ਦੇ ਖਿਲਾਫ਼ ਕਿਉਂ ਬੋਲੋ? ਈਸਾਈਆਂ ਦੇ ਸਮਾਗਮ 'ਚ ਜਾ ਕੇ ਜੈਨੀਆਂ ਬੋਧੀਆਂ ਦੇ ਖਿਲਾਫ਼ ਕਿਉਂ ਬੋਲੋ? ਸੋ ਮੇਰਾ ਖਿਆਲ ਆ ਵੀ ਤਾੜੀਆਂ ਦੇ ਚੱਕਰ ਦੇ ਵਿੱਚ, ਭੱਲ ਬਣਾਉਣ ਦੇ ਚੱਕਰ ਦੇ ਵਿੱਚ ਬੋਨੀ ਅਜਨਾਲੇ ਨੇ ਇਹ ਸਾਰਾ ਕੁਝ ਕਿਹਾ, ਰੋਂ ਦੇ ਵਿੱਚ ਇਹ ਗੱਲ ਕਹਿਤੀ ਆ ਤੇ ਹੁਣ ਮਾਫ਼ੀ ਮੰਗਣੀ ਪਈ ਹੈ ਜੀ। ਜੀ ਜਿਹੜਾ ਸਾਹਿਬ ਉਧਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਕਰਦੇ ਆ, ਉਹ ਕਹਿੰਦੇ ਕਿ ਜਲਦੀ ਹੀ ਅਸੀਂ ਆਪਣਾ ਚੋਣ ਮੈਨੀਫੈਸਟੋ ਜਿਹੜਾ ਉਹ ਜਾਰੀ ਕਰਾਂਗੇ ਜੀ। ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਆਪਣੀ ਪਾਰਟੀ ਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਜਲਦ ਮੈਨੀਫੈਸਟੋ ਜਾਰੀ ਕਰ ਦਿਆਂਗੇ। ਤੇ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਐਤਕੀ ਦੇ ਮੈਨੀਫੈਸਟੋ ਦੇ ਵਿੱਚ ਸੰਗਤ ਦੇ ਬਾਰੇ, ਪੰਥ ਦੇ ਬਾਰੇ, ਕਿਸਾਨਾਂ ਦੇ ਬਾਰੇ, ਮਜ਼ਦੂਰਾਂ ਦੇ ਬਾਰੇ, ਪੰਜਾਬ ਦੇ ਵਿਕਾਸ ਦੇ ਬਾਰੇ, ਹਰ ਕਿਸੇ ਮਸਲੇ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਤੇ ਅਸੀਂ ਸਾਰਾ ਕੁਝ ਦਰਜ ਕੀਤਾ ਕਿ ਜੇਕਰ ਸਾਨੂੰ ਪੰਜਾਬ ਦੇ ਵਿੱਚ ਮੌਕਾ ਦਿੰਦੇ ਹੋ ਤਾਂ ਫਿਰ ਸਾਡੇ ਉਮੀਦਵਾਰ ਆ ਜਿਹੜੇ ਜਿਹੜੇ ਜਿੱਤੇ ਹੋਣਗੇ ਉਹ ਪੰਜਾਬ ਦੇ ਵਿੱਚ ਕੀ ਕੀ ਕਰਨਗੇ ਤੇ ਕੀ ਕਰਾਉਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਥਕ ਸ਼ਖਸੀਅਤਾਂ ਦੇ ਬਾਰੇ, ਪੰਥ ਦੇ ਮਸਲਿਆਂ ਦੇ ਬਾਰੇ ਵੀ ਇਹਦੇ ਵਿੱਚ ਚਰਚਾ ਹੋਊਗੀ, ਇਹਦੇ ਵਿੱਚ ਮੈਨੀਫੈਸਟੋ ਦੇ ਵਿੱਚ ਗੱਲਾਂ ਦਰਜ ਹੋਣਗੀਆਂ। ਸੋ ਉਹਨਾਂ ਨੇ ਗੱਲ ਕਹੀ ਹੈ ਕਿ 1-2 ਦਿਨਾਂ ਦੇ ਵਿੱਚ ਅਸੀਂ ਆਪਣਾ ਮੈਨੀਫੈਸਟੋ ਜਾਰੀ ਕਰ ਦੇਣਾ। ਤੁਸੀਂ ਦੇਖੋ ਵੀ ਇਸ ਵੇਲੇ ਅਕਾਲੀ ਦਲ ਦੇ ਆਪਣੇ ਉਮੀਦਵਾਰ ਐਲਾਨੇ ਹੋਏ ਆ ਤੇ ਅਕਾਲੀ ਦਲ ਆ ਜਿਹੜਾ ਉਹ ਇਸ ਵੇਲੇ ਜੂਝ ਰਿਹਾ। ਅਕਾਲੀ ਦਲ ਨੇ ਉਮੀਦਵਾਰ ਹਰ ਥਾਂ ਤੇ ਐਲਾਨੇ ਆ ਪਰ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਾਲਤ ਬਹੁਤ ਹੀ ਚੰਗੀ ਨਹੀਂ ਆ ਤੇ ਇਹ ਗੱਲ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਮੰਨਦੇ ਆ। ਸੋ ਗੱਲ ਇਹ ਜੀ ਕਿ ਬੀਜੇਪੀ ਨਾਲੋਂ ਅੱਡ ਹੋ ਕੇ ਅਕਾਲੀ ਦਲ ਪਹਿਲੀ ਵਾਰ ਚੋਣ ਲੜ ਰਹੀ ਹੈ ਕਈ ਦਹਾਕਿਆਂ ਬਾਅਦ, ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 20 ਇਕੱਲੇ ਸੀਗੇ ਉਦੋਂ ਬਸਪਾ ਦੇ ਨਾਲ ਸੀ, ਐਤਕੀ ਬਸਪਾ ਅੱਡ ਆ, ਅਕਾਲੀ ਅੱਡ ਆ ਤੇ ਬੀਜੇਪੀ ਅੱਡ ਆ। ਸੋ ਅਕਾਲੀ ਦਲ ਦੇ ਲਈ ਐਤਕੀ ਬਠਿੰਡੇ ਵਾਲੀ ਸੀਟ ਜਿੱਤਣੀ ਬਹੁਤ ਵੱਡੀ ਚੁਣੌਤੀ ਬਣੀ ਪਈ ਆ। ਬਠਿੰਡੇ ਵਾਲੀ ਸੀਟ ਜੇਕਰ ਨਹੀਂ ਜਿੱਤਦਾ ਅਕਾਲੀ ਦਲ ਤੇ ਫਿਰ ਤਾਂ ਅਕਾਲੀ ਦਲ ਦੇ ਹੱਥੋਂ ਮੇਰਾ ਖਿਆਲ ਵੀ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਵੀ ਚਲੀ ਜਾਣੀ ਆ। ਉਹਨਾਂ ਦੇ ਕੋਲੇ 2-3 ਸੀਟਾਂ ਦਾ ਹੋਣਾ ਬੜਾ ਜ਼ਰੂਰੀ ਆ ਤੇ 2-3 ਸੀਟਾਂ ਜਿੱਤਣ ਦੇ ਲਈ ਉਹ ਪੂਰਾ ਤਾਣ ਲਾਉਣਗੇ ਤੇ ਬਾਕੀ ਸਮਾਂ ਦੱਸੂਗਾ ਵੀ ਭਾਈ ਇਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ ਜੀ। ਜੀ ਬਿਲਕੁਲ ਜਨਾ ਸਾਹਿਬ, ਅੱਗੇ ਵੱਧਦੇ ਇੱਕ ਬੜੀ ਹੈਰਾਨਗੀ ਕਰਦੀ ਖਬਰ ਸਾਹਮਣੇ ਆਈ ਹੈ, ਕਹਿੰਦੇ ਉੱਤਰ ਪੱਤਰੀ ਤੇ ਜੈ ਸ਼੍ਰੀ ਰਾਮ ਲਿਖਣ ਵਾਲੇ ਪਾਸ ਕਰਨ ਦੇ ਬਾਰੇ ਚ ਵੱਡਾ ਖੁਲਾਸਾ ਹੋਇਆ ਜੀ, ਕੀ ਹਾਂ ਖਬਰ ਹੈ? ਬਿਲਕੁਲ ਜੀ ਬਿਲਕੁਲ, ਇਹ ਬੜੀ ਵੱਡੀ ਖਬਰ ਆ ਤੇ ਬੜੀ ਦੁਖਦਾਈ ਖਬਰ ਆ। ਮੈਨੂੰ ਲੱਗਦਾ ਵੀ ਇਸ ਤੋਂ ਵੱਡੀ ਦੁਖਦਾਈ ਖਬਰ ਕੋਈ ਹੋ ਨਹੀਂ ਸਕਦੀ। ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ
ਚੱਲੀ ਕੀ ਜਾਂਦਾ, ਇੱਥੋਂ ਸਾਡੇ ਸਿਸਟਮ ਦੇ ਵਿੱਚ ਕੀ ਵਿਗਾੜ ਆ ਇਹਦਾ ਪਤਾ ਲੱਗਦਾ। ਕਿ ਦੇਖੋ ਇੱਕ ਥਾਂ ਦੇ ਉੱਤੇ, ਇਹ ਯੂਪੀ ਦੀ ਪੂਰਵਾਂਚਲ ਯੂਨੀਵਰਸਿਟੀ ਆ, ਇੱਥੇ ਡੀ ਫਾਰਮਾ ਦਾ ਪੇਪਰ ਹੋਇਆ, ਫਸਟ ਈਅਰ ਦੇ ਇਗਜ਼ਾਮ ਹੋਏ ਆ, ਤੇ ਉਹਦੇ ਵਿੱਚ ਚਾਰ ਵਿਦਿਆਰਥੀ ਆ ਜਿਹੜੇ, ਉਹਨਾਂ ਨੇ ਆਪਣੀ ਅਨਸਰ ਸ਼ੀਟ ਦੇ ਉੱਤੇ, ਉੱਤਰ ਪੱਤਰੀ ਦੇ ਉੱਤੇ ਜੈ ਸ਼੍ਰੀ ਰਾਮ ਲਿਖਤਾ, ਤੇ ਉਹਨਾਂ ਨੂੰ 56-56% ਨੰਬਰ ਮਿਲ ਗਏ। ਹੋਰ ਉਹਨਾਂ ਨੇ ਅਨਸਰ ਸ਼ੀਟ ਦੇ ਵਿੱਚ ਕੁਝ ਨਹੀਂ ਲਿਖਿਆ। ਲਓ ਜੀ, ਇਸ ਗੱਲ ਦੇ ਉੱਤੇ ਹੁਣ ਵਿਵਾਦ ਉਦੋਂ ਛਿੜਿਆ ਵੀ ਜਦੋਂ ਆਰਟੀਆਈ ਦੇ ਰਾਹੀਂ ਉਹ ਚਾਰੇ ਉੱਤਰ ਪੱਤਰੀਆਂ ਬਾਹਰ ਕਢਵਾ ਲਈਆਂ ਗਈਆਂ। ਇਹ ਪਿਛਲੇ ਸਾਲ ਦੀ ਗੱਲ ਆ। ਉਹ ਅਨਸਰ ਸ਼ੀਟਾਂ ਹੁਣ ਮੈਂ ਵੀ ਦੇਖੀਆਂ, ਇਹਨਾਂ ਅਨਸਰ ਸ਼ੀਟਾਂ ਦੇ ਉੱਤੇ ਜੈ ਸ਼੍ਰੀ ਰਾਮ, ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ, ਐਵੇਂ ਜੋ ਮਨ ਦੇ ਵਿੱਚ ਆਉਂਦਾ ਲਿਖ ਕੇ ਚਲੇ ਆਏ ਆ। ਹੁਣ ਗੱਲ ਚੱਲਦੀ 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 ਉਹਨਾਂ ਪ੍ਰੋਫੈਸਰਾਂ ਤੱਕ ਪਹੁੰਚ ਗਈ ਜਿਨ੍ਹਾਂ ਨੇ ਇਹ ਪੇਪਰ ਚੈੱਕ ਕੀਤੇ ਆ। ਉਹਨਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਨੇ ਗੱਲ ਕਹੀ ਆ, ਉਹ ਕਹਿੰਦਾ ਜੀ ਕਿ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਭਾਈ ਇਹ ਚਾਰੇ ਜਾਣੇ ਕਲੇਸ਼ੀ ਜੇ ਆ, ਇਹਨਾਂ ਨੂੰ ਆਪਾਂ ਮਗਰੋਂ ਲਾਉਣਾ, ਕਿਤੇ ਇਹ ਨਾ ਹੋਵੇ ਧਰਨੇ ਧੁਰਨੇ ਦੇਣ ਦੇ ਵਿੱਚ ਮਾਹਰ ਹੈਗੇ ਆ, ਤੇ ਇਹਨਾਂ ਨੂੰ ਪਾਸ ਕਰ ਦਿਓ ਭਾਵੇਂ ਇਹਨਾਂ ਨੇ ਕੁਛ ਲਿਖਿਆ ਤੇ ਭਾਵੇਂ ਨਹੀਂ ਲਿਖਿਆ। ਇੱਕ ਪ੍ਰੋਫੈਸਰ ਨੂੰ ਇਸ ਤੋਂ ਪਹਿਲਾਂ ਹੀ ਕਾਰਵਾਈ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਉਹਨੇ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਸਾਰਾ ਕੁਝ ਕੀਤਾ ਸੀ। ਸੋ ਸਾਡੇ ਦੇਸ਼ ਦੇ ਵਿੱਚ ਧਾਰਮਿਕ ਦਾਰਾ ਲਿਖਣ ਦੇ ਕਰਕੇ 56% ਨੰਬਰ ਮਿਲ ਜਾਂਦੇ, ਇੱਕ ਤਾਂ ਇਹ ਗੱਲ ਦਾ ਪਤਾ ਲੱਗਦਾ, ਦੂਜਾ ਇਹ ਆ ਵੀ ਪੇਪਰ ਚੈੱਕ ਕਰਨ ਵਾਲੇ ਕਿਵੇਂ ਰੁਪਈਏ ਲੈਂਦੇ ਆ, ਤੇ ਤੀਜਾ ਇਹ ਆ ਵੀ ਵੱਡੇ ਪੱਧਰ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਕਿਵੇਂ ਮਿਲੀ ਭੁਗਤ ਹੁੰਦੀ ਆ। ਕੱਲ ਨੂੰ ਕੋਈ ਪੇਪਰ ਦੇ ਉੱਤੇ ਵਾਹਿਗੁਰੂ ਲਿਖਿਆ ਵੇ ਤਾਂ ਵੀ ਗਲਤ ਆ, ਕੱਲ ਨੂੰ ਕੋਈ ਪੇਪਰ ਦੇ ਉੱਤੇ ਅੱਲਾ ਲਿਖ ਕੇ ਨੰਬਰ ਲਵੇ ਤਾਂ ਵੀ ਗਲਤ ਆ, ਕੋਈ ਕੁਛ ਹੋਰ ਲਿਖ ਕੇ ਨੰਬਰ ਲਵੇ ਤਾਂ ਵੀ ਗਲਤ ਆ। ਰੱਬ ਇੱਕ ਪਾਸੇ ਤੇ ਭਾਈ ਜਿਹੜਾ ਜੋ ਕੁਐਸਚਨ ਪੁੱਛਿਆ ਗਿਆ ਤੇ ਉਹਦਾ ਉੱਤਰ ਦੇਣਾ ਇੱਕ ਪਾਸੇ। ਸੋ ਇਹ ਸਾਡੇ ਦੇਸ਼ ਦੇ ਵਿੱਚ ਡਰਾਮੇਬਾਜ਼ੀ ਆ, ਇਹ ਡਰਾਮੇਬਾਜ਼ੀ ਪਤਾ ਨਹੀਂ ਕਦੋਂ ਮੁੱਕਣੀ ਹੈ ਜੀ। ਬਿਲਕੁਲ ਸਹੀ ਟਾਣਾ ਸਾਹਿਬ, ਸਮਝ ਨਹੀਂ ਆਉਂਦੀ ਇਹੋ ਜਿਹੀਆਂ ਖਬਰਾਂ ਦੇ ਬਾਰੇ ਚ ਕੀ ਕਿਹਾ ਜਾਵੇ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਗੋਲਡੀ ਬਰਾੜ ਦੀ। ਗੋਲੀਆਂ ਦੇ ਨਾਲ ਮਾਰ ਕੇ ਕਤਲ ਕਰਨ ਦੀ ਖਬਰ ਫੈਲ ਗਈ ਹੈ ਜੀ ਗੋਲਡੀ ਬਰਾੜ ਦੇ ਬਾਰੇ ਚ। ਬਿਲਕੁਲ ਜੀ, ਇਹ ਪਰ ਖਬਰ ਪੁਸ਼ਟੀ ਵਾਲੀ ਨਹੀਂ ਆ, ਖਬਰ ਫੈਲੀ ਆ ਪਰ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹਨੇਰੀ ਆਈ ਇਸ ਖਬਰ ਦੀ, ਆ ਕੁਝ ਕੁ ਮੀਡੀਆ ਅਦਾਰਿਆਂ ਦੇ ਵਿੱਚ ਮੈਂ ਹੁਣੇ ਹੁਣੇ ਖਬਰ ਪੜ੍ਹੀ ਵੀ ਹੈ ਤੇ ਸੁਣੀ ਵੀ ਤੇ ਦੇਖੀ ਵੀ ਆ, ਕਿਉਂਕਿ ਮੇਰੇ ਕੋਲ ਜਿਹੜੀਆਂ ਅਖਬਾਰਾਂ ਆਉਂਦੀਆਂ ਘਰੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਗੋਲਡੀ ਬਰਾੜ ਦੇ ਕਤਲ ਬਾਰੇ ਚਰਚਾ ਛਿੜੀ। ਚਰਚਾ ਛਿੜੀ ਆ ਪਰ ਇਹਦੇ ਬਾਰੇ ਇਹ ਨਹੀਂ ਪਤਾ ਵੀ ਕਤਲ ਹੋ ਗਿਆ, ਕਿਉਂਕਿ ਖਬਰ ਇਹ ਆਈ ਆ ਵੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਤੇ ਗੋਲਡੀ ਬਰਾੜ ਤੇ ਇੱਕ ਉਹਦਾ ਸਾਥੀ, ਦੋਵੇਂ ਜਾਣੇ ਉਹ ਖੜੇ ਸੀਗੇ ਸੜਕ ਦੇ ਉੱਤੇ ਤੇ ਕੁਝ ਲੋਕ ਆਏ, ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰੀਆਂ, ਉਹਨਾਂ ਜਿਹੜੇ ਜ਼ਖਮੀ ਹੋਏ ਆ ਦੋਵਾਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਉਹ ਜਿਹੜੇ ਦੋਵਾਂ ਦੇ ਵਿੱਚੋਂ ਇੱਕ ਜਣੇ ਦੀ ਮੌਤ ਹੋ ਗਈ ਤੇ ਜਿਹਦੀ ਮੌਤ ਹੋਈ ਆ ਕਹਿੰਦੇ ਕਿ ਇਹ ਗੋਲਡੀ ਬਰਾੜ ਆ। ਹਾਲਾਂਕਿ ਇਹਦੇ ਬਾਰੇ ਕੋਈ ਅਥੈਂਟਿਕ ਖਬਰ ਹੈ ਨਹੀਂ ਗੀ, ਕੋਈ ਇਹਦੇ ਬਾਰੇ ਪੁਸ਼ਟੀ ਵਾਲੀ ਜਾਣਕਾਰੀ ਹੈ ਨਹੀਂ ਗੀ, ਇਹਦੇ ਬਾਰੇ ਕੋਈ ਪੁਖਤਾ ਮੁਕੰਮਲ ਜਾਣਕਾਰੀ ਹੈ ਨਹੀਂ ਗੀ, ਪਰ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਧੀ ਹੈ ਜੀ। ਜੀ ਚਲੋ ਸਾਹਿਬ, ਗੱਲ ਕਰਦੇ ਹਾਂ ਬਾਬਾ ਬਲਵਿੰਦਰ ਸਿੰਘ ਹੋਰਾਂ ਦੀ, ਉਹਨਾਂ ਦੇ ਬਾਰੇ ਚ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ, ਕਹਿੰਦੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜੀ। ਹਾਂ ਬਿਲਕੁਲ ਜੀ, ਲੱਗੇ ਕੱਲ ਨਾ ਇਹ ਗੱਲ ਕਹੀ ਆ ਪੁਲਿਸ ਮੁਲਾਜ਼ਮਾਂ ਨੇ ਕਿ ਇਸ ਖਬਰ ਨੂੰ ਕਿਸੇ ਹੋਰ ਐਂਗਲ ਨਾਲ ਨਾ ਜੋੜ ਕੇ ਦੇਖਿਆ ਜਾਵੇ, ਇਹ ਖਬਰ ਗੁੱਸੇ ਦੇ ਵਿੱਚ ਇੱਕ ਵਿਅਕਤੀ ਵੱਲੋਂ ਦੂਜੇ ਦਾ ਕੀਤਾ ਗਿਆ ਕਤਲ ਨਾਲ ਸੰਬੰਧਿਤ ਹੈਗੀ ਆ, ਕਿਉਂਕਿ ਉਹ ਦਮਦਮੀ ਟਕਸਾਲ ਦੇ ਬੁਲਾਰੇ ਵੀ ਸੀਗੇ, ਉਹ ਇੱਕ ਗੁਰਦੁਆਰੇ ਦੇ ਕਸਬਾ ਘੁਮਾਣ ਦੇ ਵਿੱਚ ਮੁਖੀ ਵੀ ਸੀਗੇ। ਬਾਬਾ ਬਲਵਿੰਦਰ ਸਿੰਘ ਆ ਜਿਹੜੇ, ਉਹਨਾਂ ਦਾ ਕਤਲ ਗੁਰਦੁਆਰੇ ਦੇ ਹੀ ਇੱਕ ਸੇਵਾਦਾਰ ਦੇ ਵੱਲੋਂ ਕੀਤਾ ਹੋਇਆ, ਕਿਉਂਕਿ ਦੋਵਾਂ ਦੇ ਵਿੱਚ ਕੋਈ ਨਾ ਕੋਈ ਮਨਮੁਟਾਵ ਹੋ ਗਿਆ ਸੀ। ਸੋ ਸਵੇਰ ਦੇ ਵੇਲੇ ਇਹ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਗੱਲ ਦੀ ਭਾਲ ਕੀਤੀ ਜਾ ਰਹੀ ਹੈ ਵੀ ਉਹ ਕਿਹੜੇ ਕਾਰਨ ਆ ਜਿਹੜੇ ਕਤਲ ਕੀਤਾ ਗਿਆ ਤੇ ਕਿਹਨੇ ਕਤਲ ਕੀਤਾ, ਤੇ ਜਿਹੜਾ ਨਾਲ ਦਾ ਸੇਵਾਦਾਰ ਆ ਉਹਦੀ ਭਾਲ ਦਾ ਸਿਲਸਿਲਾ ਹੁਣ ਜਾਰੀ ਹੈ ਜੀ। ਜੀ
ਜਿਹੜਾ ਸਾਹਿਬ ਕੱਲ ਮਜ਼ਦੂਰ ਦਿਵਸ ਸੀ, ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੇ ਚਰਚੇ ਹੋਏ ਨੇ, ਲੋਕਾਂ ਨੇ ਪੋਸਟਾਂ ਪਾਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ, ਔਰ ਇਸ ਮੌਕੇ ਦੇ ਉੱਪਰ ਸ਼ੰਭੂ ਰੇਲ ਦੀਆਂ ਪਟੜੀਆਂ ਤੇ ਕਿਸਾਨਾਂ ਨੇ ਮਜ਼ਦੂਰ ਦਿਹਾੜਾ ਮਨਾਇਆ ਜੀ। ਬਿਲਕੁਲ ਜੀ ਬਿਲਕੁਲ, ਗੱਲ ਇਹ ਜੀ 1 ਮਈ ਨੂੰ ਹਮੇਸ਼ਾ ਹੀ ਹਰ ਵਾਰ ਹੀ ਤੇ ਵੱਡੇ ਪੱਧਰ ਦੇ ਉੱਤੇ ਤੇ ਮਈ ਦਿਵਸ ਮਨਾਇਆ ਜਾਂਦਾ, ਮਜ਼ਦੂਰ ਦਿਵਸ ਮਨਾਇਆ ਜਾਂਦਾ, ਮਜ਼ਦੂਰਾਂ ਦੀ ਕਿਰਤ ਨੂੰ ਚੇਤੇ ਕੀਤਾ ਜਾਂਦਾ ਤੇ ਕਰਨਾ ਵੀ ਚਾਹੀਦਾ। ਪਰ ਐਤਕੀ ਮੈਂ ਹੈਰਾਨ ਹੋਇਆ ਵੀ ਮਜ਼ਦੂਰ ਦਿਵਸ ਨਾ ਕਿਸੇ ਵੇਲੇ ਬਹੁਤ ਵੱਡੇ ਵੱਡੇ ਪਾਰਕਾਂ ਦੇ ਵਿੱਚ, ਬਹੁਤ ਵੱਡੇ ਸਟੇਡੀਅਮਾਂ ਦੇ ਵਿੱਚ, ਬਹੁਤ ਵੱਡੇ ਹਾਲ ਦੇ ਵਿੱਚ, ਵੱਖ ਵੱਖ ਥਾਵਾਂ ਦੇ ਉੱਤੇ, ਵੱਖ ਵੱਖ ਸ਼ਹਿਰਾਂ ਕਸਬਿਆਂ ਦੇ ਵਿੱਚ ਮਨਾਇਆ ਜਾਂਦਾ ਸੀ। ਪਰ ਹੌਲੀ ਹੌਲੀ ਇਹ ਨਿੱਕੇ ਨਿੱਕੇ ਕਮਰਿਆਂ ਦੇ ਵਿੱਚ ਏਸੀ ਕਮਰਿਆਂ ਤੱਕ ਸੀਮਿਤ ਹੋ ਕੇ ਰਹਿ ਗਿਆ ਤੇ ਇਹ ਇੱਕ ਫਾਰਮੈਲਿਟੀ ਬਣ ਕੇ ਰਹਿ ਗਈ ਆ। ਜਦਕਿ ਸਤਿਕਾਰ ਹੋਣਾ ਚਾਹੀਦਾ, ਇਸ ਦਿਹਾੜੇ ਨੂੰ ਚੇਤੇ ਕਰਨਾ ਚਾਹੀਦਾ, ਸ਼ਿਕਾਗੋ ਦੇ ਸ਼ਹੀਦਾਂ ਨੂੰ ਚੇਤੇ ਕਰਨਾ ਚਾਹੀਦਾ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਕੱਲ ਹੋਰ ਕਮਾਲ ਦੀ ਗੱਲ ਆ ਕਿ ਜਿਨ੍ਹਾਂ ਨੂੰ ਤਾਂ ਲੱਖ ਲੱਖ ਡੇਢ ਡੇਢ ਲੱਖ ਰੁਪਏ ਤਨਖਾਹ ਮਿਲਦੀ ਆ, ਉਹ ਤਾਂ ਕੱਲ ਛੁੱਟੀ ਤੇ ਸੀ, ਯਾਨੀ ਕਿ ਸਰਕਾਰੀ ਮੁਲਾਜ਼ਮ, ਤੇ ਜਿਨ੍ਹਾਂ ਦਾ ਦੇਣਾ ਇਹ ਜਿਹੜੇ ਮਜ਼ਦੂਰਾਂ ਦਾ, ਤੇ ਉਹ ਕੱਲ ਵੀ ਮਜ਼ਦੂਰੀ ਕਰਦੇ ਸੀ, ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਇਹ ਕਰਦੇ, ਜਿਨ੍ਹਾਂ ਨੂੰ ਸਮਰਪਿਤ ਕਰਦੇ ਪ੍ਰੋਗਰਾਮ, ਉਹ ਤਾਂ ਭਾਈ ਕੱਲ ਵੀ ਦਿਹਾੜੀ ਲਾਉਂਦੇ ਸੀ, ਤੇ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਵਾਲੇ, 2-2 ਲੱਖ ਵਾਲੇ ਵੱਡੇ ਵੱਡੇ ਅਧਿਕਾਰੀ ਤੇ ਕਰਮਚਾਰੀ ਆ, ਉਹ ਭਾਈ ਕੱਲ ਛੁੱਟੀ ਦਾ ਆਨੰਦ ਮਾਣਦੇ ਸੀ, ਘਰੇ ਬੈਠੇ ਸੀਗੇ। ਇਹ ਸਾਡੇ ਦੇਸ਼ ਦੇ ਵਿੱਚ ਹਾਲਾਤ ਆ। ਪਰ ਹੁਣ ਪਤਾ ਲੱਗਾ ਜੀ ਕਿ ਕੱਲ ਸ਼ੰਭੂ ਬਾਰਡਰ ਦੇ ਉੱਤੇ, ਰੇਲਵੇ ਟਰੈਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਤੇ ਮਜ਼ਦੂਰ ਦਿਵਸ ਨੂੰ ਮਨਾਇਆ ਗਿਆ। ਉਹਨਾਂ ਨੇ ਮਜ਼ਦੂਰਾਂ ਦੀ ਕਿਰਤ ਨੂੰ ਸਲਾਮ ਕੀਤੀ ਆ, ਇਹ ਗੱਲ ਕਹੀ ਆ ਕਿ ਮਜ਼ਦੂਰਾਂ ਦੇ ਕਰਕੇ ਸਭ ਕੁਝ ਹੈ ਜੋ ਵੀ ਅੱਜ ਤੱਕ ਬਣਿਆ ਹੋਇਆ। ਸੋ ਮਜ਼ਦੂਰਾਂ ਦੀ ਦੇਣ ਨੂੰ ਕਦੇ ਚੇਤੇ ਦੇ ਵਿੱਚੋਂ ਵਿਸਾਰਨਾ ਨਹੀਂ ਚਾਹੀਦਾ। ਮਨਰੇਗਾ ਦੀਆਂ ਗੱਲਾਂ ਵੀ ਚੱਲੀਆਂ, ਕਿਉਂਕਿ ਮਨਰੇਗਾ ਵੀ ਮਜ਼ਦੂਰਾਂ ਨਾਲ ਹੀ ਜੁੜੀ ਹੋਈ ਗੱਲ ਆ। ਹੋਰ ਵੀ ਕਿਰਤਕਾਂ ਨੂੰ ਕਿਰਤ ਵੇਲੇ ਸਿਰ ਮਿਲੇ, ਵੱਧ ਤੋਂ ਵੱਧ ਮਿਲੇ, ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਜੀ। ਜੀ ਤੇ ਟਾਣਾ ਸਾਹਿਬ, ਪੰਜਾਬ ਦਾ ਮੌਸਮ ਕਿਵੇਂ ਹੈ ਜੀ? ਪੰਜਾਬ ਦਾ ਮੌਸਮ ਜੀ ਹੁਣ ਠੀਕ ਆ। ਪੰਜਾਬ ਦੇ ਵਿੱਚ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ ਵੀ ਐਤਕੀ ਉੱਤਰੀ ਭਾਰਤ ਦੇ ਵਿੱਚ ਬੇਹੱਦ ਤੋਂ ਵੀ ਅਗਲੀ ਗਰਮੀ ਪੈਣੀ ਆ, ਬਹੁਤ ਹੀ ਜ਼ਿਆਦਾ ਗਰਮੀ ਪੈਣੀ। ਦੇਖੋ ਅਸੀਂ ਅਪ੍ਰੈਲ ਦਾ ਪਹਿਲਾ ਜਿਹੜਾ ਅਪ੍ਰੈਲ ਦੇ ਆਖਰੀ ਦਿਨ ਤੱਕ ਤਾਂ ਵਧੀਆ ਆਨੰਦ ਮਾਣਿਆ। ਕਈ ਲੋਕਾਂ ਨੇ ਇਹ ਗੱਲ ਕਹੀ ਜੀ ਐਤਕੀ ਤਾਂ ਗਰਮੀ ਆਈ ਨਹੀਂ, ਐਤਕੀ ਤਾਂ ਗਰਮੀ ਆਉਣ ਦਾ ਨਾਂ ਹੀ ਨਹੀਂ ਲੈਂਦੀ, ਚਲੋ ਵੇਲਾ ਨਿਕਲ ਗਿਆ। ਪਰ ਹੁਣ ਜਦੋਂ ਅਸੀਂ ਮਈ ਮਹੀਨੇ ਦੇ ਵਿੱਚ ਪੈਰ ਧਰ ਲਿਆ ਤੇ ਐਤਕੀ ਮਈ ਜੂਨ ਤੇ ਜੁਲਾਈ ਨੇ ਲੋਕਾਂ ਦੀਆਂ ਚੀਕਾਂ ਕਢਾਉਣੀਆਂ ਗਰਮੀ ਨੇ, ਤੇ ਮਈ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਤੇ ਖੂਬ ਗਰਮੀ ਪੈਣੀ ਆ ਤੇ 45 ਡਿਗਰੀ ਤੱਕ ਟੈਂਪਰੇਚਰ ਹੋਣ ਦੀ ਆਸ ਆ, ਤੇ ਪੰਜਾਬ ਦੇ ਵਿੱਚ 37-38 ਡਿਗਰੀ ਤੱਕ ਟੈਂਪਰੇਚਰ ਹੈਗਾ। ਮੌਸਮ ਹੁਣ ਗਰਮ ਤੇ ਖੁਸ਼ਕ ਰਹਿਣਾ ਜੀ। ਜੀ ਤਾਂ ਖੈਰ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ ਜੀ।